ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਅੱਜ ਜਿਹੜੇ ਹੈ ਸਰਬੱਤ ਫਾਊਂਡੇਸ਼ਨ ਵੱਲੋਂ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਉਹ ਦਾਮਿਆਂ 'ਤੇ ਪਾਣੀ ਫੇਰਦਾ ਨਜ਼ਰ ਆ ਰਿਹਾ। ਸਾਡੇ ਨਾਲ ਹਿਮਾਂਸ਼ੂ ਪਾਠਕ ਜੀ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਅੱਜ ਦਾ ਦਿਨ ਕਿਉਂ ਚੁਣਿਆ ਤੁਸੀਂ? ਦੁਸਹਿਰਾ ਜੋ ਇਹ ਵਿਜੇ ਦਸ਼ਮੀ ਹੈ ਔਰ ਵਿਜੇ ਦਸ਼ਮੀ ਮਨਾਈ ਜਾਂਦੀ ਹੈ ਬੁਰਾਈ ਪਰ ਅੱਛਾਈ ਕੀ ਜੀਤ। ਆਪਣੇ ਜਲੰਧਰ ਕੀ ਦੋ ਅਹਿਮ ਬੁਰਾਈਆਂ ਹੈ ਜੋ ਸਾਲ ਭਰ ਸੇ ਜਲੰਧਰ ਵਾਸੀ ਇਸੇ ਪਰੇਸ਼ਾਨ ਹੈ। ਨੰਬਰ ਇੱਕ, ਪੂਰੇ ਸ਼ਹਿਰ ਮੇਂ ਮੋਲ ਟਾਊਨ ਦੇਖ ਲਓ, ਦਾਣਾ ਮੰਡੀ ਦੇਖ ਲਓ, ਆਦਰਸ਼ ਨਗਰ, ਸੂਰਿਆ ਇਨਕਲੇਵ, ਛੋਟੀ ਬਰਾਦਰੀ, ਬੜੀ ਬਰਾਦਰੀ, ਕੁਛ ਵੀ ਦੇਖੋ ਆਪਾਂ ਜਿਸ ਥਾਂ ਵੀ ਖੜ੍ਹੇ ਹਾਂ, ਇੱਧਰ ਹਰ ਥਾਂ 'ਤੇ ਕੂੜੇ ਕਾ ਢੇਰ, ਕਚਰੇ ਕਾ ਢੇਰ, ਬੜੇ ਬੜੇ ਢੇਰ ਪੜੇ ਹੈ। ਇਨਸੇ ਬਿਮਾਰੀਆਂ ਪਨਪ ਰਹੀਆਂ ਸ਼ਹਿਰ ਮੇਂ, ਇੱਕ ਤਰ੍ਹਾਂ ਸੇ ਇਹ ਰਾਵਣ ਕਾ ਰੂਪ ਧਾਰਣ ਕਰ ਚੁੱਕਾ ਹੈ ਕੂੜੇ ਕਾ ਢੇਰ। ਇਹ ਕੂੜਾ ਨਹੀਂ ਹੋ ਗਿਆ, ਇਹ ਜਲੰਧਰ ਸ਼ਹਿਰ ਵਾਸੀਓ ਕੇ ਲਈ ਇੱਕ ਰਾਵਣ ਹੋ ਗਿਆ। ਇਸੀ ਤਰ੍ਹਾਂ ਸੇ ਟੁੱਟੀ ਸੜਕੇ ਜੋ ਛੋਟੇ ਮੋਟੇ ਟੋਏ ਵੀ ਹੈ ਉਹ ਵੀ ਨਹੀਂ ਭਰੇ ਗਏ, ਜਿਨ ਕਰਕੇ ਐਕਸੀਡੈਂਟ ਹੋ ਰਹੇ ਹਨ, ਲੋਕੋਂ ਕੇ ਐਕਸੀਡੈਂਟ ਹੋ ਰਹੇ ਹੈ, ਬਾਈਕੋ ਸੇ ਗਿਰ ਰਹੇ ਹੈ, ਐਕਟਿਵਾ ਸੇ ਗਿਰ ਰਹੇ ਹੈ, ਇਸ ਕਰਕੇ ਵੀ ਬਹੁਤ ਡੈਮੇਜ ਹੋ ਰਹਾ ਹੈ। ਇਹ ਸਾਰੇ ਦੋ ਅਹਿਮ ਜਲੰਧਰ ਸ਼ਹਿਰ ਕੇ ਰਾਵਣ ਹੈ ਔਰ ਇਨਕਾ ਆਜ ਵੱਧ ਕਰਨੇ ਲੱਗੇ। ਤੁਹਾਨੂੰ ਵੀ ਲੱਗਦਾ ਸਰਕਾਰਾਂ ਇਹਦੇ ਵੱਲ ਬਿਲਕੁਲ ਵੀ ਜਿਹੜਾ ਧਿਆਨ ਨਹੀਂ ਦੇ? ਬਿਲਕੁਲ, ਜਿਤਨਾ ਧਿਆਨ ਦੇਣਾ ਚਾਹੀਏ ਉਹ ਦੇ ਰਹੀ ਹੈ ਨਹੀਂ। ਆਪਾਂ ਇਸ 'ਤੇ ਪੋਲੀਟੀਕਲ ਬਹਿਸ ਨਹੀਂ ਕਰ ਰਹੇ, ਆਪਾਂ ਇਹ ਕਹਿ ਰਹੇ ਜਲੰਧਰ ਸ਼ਹਿਰ ਕੇ ਵਾਸੀ ਔਰ ਸਰਬੱਤ ਫਾਊਂਡੇਸ਼ਨ ਇਸ ਨਹੀਂ ਹੈ, ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਜਿਹੜੇ ਸ਼ਹਿਰ ਦੀ ਸਫਾਈ ਲਈ, ਸ਼ਹਿਰ ਦੀਆਂ ਜਿਹੜੀਆਂ ਟੁੱਟੀਆਂ ਸੜਕਾਂ ਬਣਾਉਣ ਲਈ, ਇਹ 'ਚ ਬਹਿਸ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਵੀ ਕਾਂਗਰਸ ਦੇ ਪ੍ਰਵਕਤਾ ਹੋ, ਤੁਹਾਡਾ ਵੀ ਫਰਜ਼ ਬਣਦਾ ਵੀ ਇਹਨਾਂ ਦੀ ਆਵਾਜ਼ ਜਿਹੜੀ ਉੱਪਰ ਤੱਕ ਪਹੁੰਚਾਈ ਕੀ ਪੰਚਾਇਤ? ਬਿਲਕੁਲ, ਇਸੀ ਆਵਾਜ਼ ਕੋ ਪਹੁੰਚਾਨੇ ਕੇ ਲੀਏ ਇਸ ਤਰ੍ਹਾਂ ਕਾ ਆਪਾਂ ਇੱਕ ਜਾਗਰੂਕਤਾ ਮੁਹਿੰਮ ਛੇੜੀ ਹੈ, ਤਾਂ ਕਿ ਸਰਕਾਰ ਵੀ ਸੁਣੇ ਔਰ ਜਲੰਧਰ ਸ਼ਹਿਰ ਕੇ ਲੋਕ ਵੀ ਸੁਣੇ। ਸਰਬੱਤ ਫਾਊਂਡੇਸ਼ਨ ਇਸ ਮੂਵਮੈਂਟ ਤੋਂ ਬਾਅਦ ਸ਼ਹਿਰ ਮੇਂ ਵੱਖ ਵੱਖ ਥਾਵਾਂ 'ਤੇ ਜੋ ਕੂੜੇ ਕੇ ਡੰਪ ਹੈ ਉਨਕੀ ਸਫਾਈ ਕੀ ਇੱਕ ਮੁਹਿੰਮ ਚਲਾਏਗੀ। ਇਸਮੇਂ ਮਿਊਨਸਪਲ ਕਾਰਪੋਰੇਸ਼ਨ ਜਲੰਧਰ ਕਾ ਵੀ ਸਹਿਯੋਗ ਚਾਹੀਏ, ਜੋ ਕੌਂਸਲਰ ਹੈ, ਮੇਅਰ ਹੈ, ਜੋ ਸਹਿਯੋਗ ਕਰਨਾ ਚਾਹਤੇ ਕਰੇ, ਵਰਨਾ ਇਹ ਸੰਸਥਾ ਆਪਣੇ ਦਮ 'ਤੇ ਇਹ ਕਾਰਵਾਈ ਕਰਨ ਵਾਲੀ ਹੈ। ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਆਪਣੀ ਸਰਕਾਰ ਦੇ ਖਿਲਾਫ ਹੀ ਜਿਹੜੀ ਆਵਾਜ਼ ਚੱਕਣੀ ਪੈ ਰਹੀ? ਨਹੀਂ, ਇਹ ਬਾਤ ਇਹ ਕਿਸੇ ਸਰਕਾਰ ਕੇ ਉਲਟ ਜਾਂ ਫੇਵਰ ਮੇਂ ਚੱਲਣੇ ਕੀ ਨਹੀਂ ਹੈ, ਬਾਤ ਇਹ ਮਸਲਾ ਐਸਾ ਹੈ। ਆਪ ਵੀ ਸ਼ਹਿਰ ਮੇਂ ਰਹਿ ਰਹੇ ਹੋ, ਮੈਂ ਵੀ ਸ਼ਹਿਰ ਮੇਂ ਰਹਿ ਰਹਾ ਹੂੰ, ਆਪਾਂ ਆਪਣੇ ਘਰ ਕੋ ਸਾਫ਼ ਕਰਨੇ ਕੇ ਲੀਏ ਕਿਸੀ ਕੋ ਜ਼ਿੰਮੇਵਾਰ ਨਹੀਂ ਠਹਿਰਾ ਸਕਤੇ, ਆਪਾਂ ਖੁਦ ਇਸਕਾ ਬੀੜਾ ਚੁੱਕੀਏ। ਔਰ ਜ਼ਿੰਮੇਵਾਰੀ ਬਣਦੀ ਹੈ ਸ਼ਹਿਰ ਦੇ ਜਿਹੜੀਆਂ ਸੜਕਾਂ ਬਣਾ ਰਹੀਆਂ, ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ, ਜਿੱਥੇ ਕਿ ਮੇਅਰ ਜਿਹੜੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦੇ। ਜੀ ਬਿਲਕੁਲ, ਮੇਅਰ ਵੀ ਤੁਹਾਡੇ ਹੀ ਹੈ, ਤੁਹਾਡੇ ਹੀ ਸਰਕਾਰ। ਬਿਲਕੁਲ, ਇਹ ਘਰ ਕੇ ਘਰ ਮੇਂ 10 ਬੰਦੇ ਰਹਿ ਰਹੇ ਹੈ, 5 ਬੰਦੇ ਨਹੀਂ ਕੰਮ ਕਰ ਰਹੇ, 5 ਬੰਦੇ ਕੰਮ ਕਰ ਰਹੇ, ਇਸਕਾ ਮਤਲਬ ਇਹ ਨਹੀਂ ਆਪ ਘਰ ਤੋੜ ਦੋਗੇ, ਲੇਕਿਨ ਆਪ ਕੀ 5 ਬੰਦੋਂ ਕੀ ਇਹ ਜ਼ਿੰਮੇਵਾਰੀ ਜ਼ਰੂਰ ਬਣਤੀ ਹੈ ਕਿ ਆਪ ਉਸ ਪੇ ਕਾਰਵਾਈ ਕਰੋ ਔਰ ਆਪਣੇ ਸ਼ਹਿਰ ਕੋ, ਆਪਣੇ ਘਰ ਕੋ ਸਾਫ਼ ਕਰਨੇ ਕਾ ਬੀੜਾ ਆਪ ਉਠਾਓ। ਜੇ ਹੁਣ ਵੀ ਸਰਕਾਰਾਂ ਨੇ ਤੁਹਾਡੀ ਆਵਾਜ਼ ਨਾ ਸੁਣੀ ਫਿਰ ਤੁਹਾਡਾ ਅਗਲਾ ਕਦਮ? ਸਰਬੱਤ ਫਾਊਂਡੇਸ਼ਨ ਕਿਸੇ ਸੇ ਸਟਰਗਲ ਜਾਂ ਲੜਾਈ ਕਰਨੇ ਨਹੀਂ ਜਾ ਰਿਹਾ। ਜੋ ਵੀ ਸ਼ਹਿਰ ਕੇ ਬਖਤੇ ਮਸਲੇ ਹੋਣਗੇ, ਜੈਸੇ ਕੂੜੇ ਕੇ ਡੰਪ ਹੈ, ਤੋ ਸਰਬੱਤ ਫਾਊਂਡੇਸ਼ਨ ਕੇ ਵਾਲੰਟੀਅਰਸ ਅਗਲੀ ਪਹਿਲ ਮੇਂ ਇਨਕੋ ਆਪ ਖੁਦ ਸਾਫ਼ ਕਰਨੇ ਕੇ ਲੀਏ ਨਿਕਲੇਗੇ। ਹਿਮਾਂਸ਼ੂ ਪਾਠਕ ਜੀ ਨਾਲ ਆਪਾਂ ਗੱਲ ਕੀਤੀ, ਉਹਨਾਂ ਨੇ ਦੱਸਿਆ ਕਿ ਜੇ ਸਰਕਾਰਾਂ ਨੇ ਹੁਣ ਵੀ ਉਹਨਾਂ ਦੀ ਆਵਾਜ਼ ਨਾ ਸੁਣੀ ਤਾਂ ਉਹਨਾਂ ਦੇ ਜਿਹੜੇ ਨਾਲ ਜਿਹੜੇ ਹੋਰ ਨੌਜਵਾਨ ਨੇ ਉਹ ਜਿਹੜਾ ਸਫਾਈ ਵੱਲ ਪੂਰਾ ਜਿਹੜਾ ਆਪ ਸਫਾਈ ਕਰਨਗੇ ਅਤੇ ਧਿਆਨ ਦੇਣਗੇ। ਕਿਤੇ ਨਾ ਕਿਤੇ ਇਹ ਸਾਬਤ ਹੁੰਦਾ ਕਿ ਆਪਣੀ ਸਰਕਾਰ ਦੇ ਅੰਗੇਜ਼ ਹੀ ਜਿਹੜਾ ਹਿਮਾਂਸ਼ੂ ਪਾਠਕ ਨੂੰ ਅੱਜ ਆਉਣਾ ਪਿਆ, ਕਿਉਂਕਿ ਜਲੰਧਰ ਸ਼ਹਿਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਪੁਤਲਾ ਲਗਾਇਆ ਹੋਇਆ ਉਹਦੇ ਉੱਪਰ ਸਾਫ਼ ਦਰਸਾਉਂਦੇ ਆ ਕਿ ਸੜਕਾਂ ਦੇ ਜਿਹੜੇ ਬੁਰੇ ਹਾਲ ਹੈ, ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਹੜੇ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਇਸ ਲਈ ਅੱਜ ਹਿਮਾਂਸ਼ੂ ਪਾਠਕ ਨੂੰ ਇਹ ਆਵਾਜ਼ ਚੱਕਣ 'ਤੇ ਮਜਬੂਰ ਹੋਏ ਹਨ। ਕੈਮਰਾਮੈਨ ਜਵੇਸ਼ ਦੇ ਨਾਲ ਵਿਨੋਦ ਸੱਭਰਵਾਲ, ਲਿਵਿੰਗ ਇੰਡੀਆ ਨਿਊਜ਼, ਜਲੰਧਰ।